ਸਿਮਰਤ ਖੰਗੂੜਾ MLA ਜੋ ਕਾਂਗਰਸ ਦੇ ਨੇ ਧੂਰੀ ਤੋਂ, ਗੋਲਡੀ ਖੰਗੂੜਾ ਉਹਨਾਂ ਦੀ ਧਰਮ ਪਤਨੀ, ਪੰਚਾਇਤਾਂ ਨੂੰ ਦਰਵਾਜ਼ੇ ਬਣਾਉਣ ਵਾਸਤੇ ਜਾਂ ਜਿੰਮ ਵਾਸਤੇ ਚੈੱਕ ਵੰਡੇ ਨੇ 50-50 ਹਜ਼ਾਰ। ਬਿਲਕੁਲ, ਮੈਨੂੰ ਇਹ ਲੱਗਦਾ ਭਗਵੰਤ ਮਾਨ ਜੀ ਦੀ ਇਹ ਗੱਲ ਤੋਂ ਕਿ ਸ਼ਾਇਦ ਉਹਨਾਂ ਨੂੰ ਵਿਕਾਸ ਪਸੰਦ ਨਹੀਂ ਹੈਗਾ। ਤਾਂ ਫਿਰ ਸਿਮਰਤ ਖੰਗੂੜਾ ਕੌਣ ਹੈ ਉਹ ਚੈੱਕ ਵੰਡਣ ਵਾਲੀ? ਦੇਖੋ, ਮੈਂ ਆਪਦੀ ਪਤਨੀ ਦਾ ਸਨਮਾਨ ਕਰ ਰਿਹਾ, ਮੇਰੀ ਜਗ੍ਹਾ 'ਤੇ ਉਹ ਜਾ ਸਕਦੀ ਆ। ਬਿਲਕੁਲ, ਉਸੇ ਤਰ੍ਹਾਂ ਜਿਸ ਤਰ੍ਹਾਂ ਸਨੀ ਦਿਓਲ ਨੇ ਇੱਕ ਬੰਦਾ ਰੱਖ ਲਿਆ ਸੀ ਉੱਥੇ ਕਿ ਇਹ ਦੇਖ ਲਿਆ ਕਰੂਗਾ, ਤਾਂ ਫਿਰ ਇਹਦਾ ਮਤਲਬ MLA ਧੂਰੀ ਨੇ ਵੀ ਆਪਣੀ ਘਰਵਾਲੀ ਨੂੰ ਇਹ ਹਲਕਾ ਦਿੱਤਾ ਕਿ ਤੂੰ ਇੱਥੇ ਚੈੱਕ ਚੁੱਕ ਵੰਡ ਲਿਆ ਕਰ, ਤੂੰ ਹੀ ਭਾਸ਼ਣ ਦਿਆ ਕਰ। ਭਗਵੰਤ ਮਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਤਾਂ ਆਪਦੀ ਪਤਨੀ ਨੂੰ ਡਿਵੋਰਸ ਦੇ ਚੁੱਕੇ ਹੋ, ਤੁਹਾਡੇ ਤਾਂ ਕੋਈ ਫੈਮਿਲੀ 'ਚ ਦੂਸਰਾ ਬੰਦਾ ਕੰਮ ਕਰਨਾ ਨਹੀਂ ਚਾਹੁੰਦਾ, ਤੁਹਾਡੇ ਝਾੜੂ ਦੇ ਤੀਲੇ ਤੀਲੇ ਹੋ ਚੁੱਕੇ ਨੇ, ਤੁਸੀਂ ਆਪਦੀ ਮੈਂ ਕਰਕੇ ਆਪਦੀ ਪਾਰਟੀ ਖਰਾਬ ਕਰੀ ਆ, ਤੇ ਆਪ ਬਿਆਨ 'ਚੋਂ ਵੀ ਤੁਹਾਡੀ ਮੈਂ ਝਲਕ ਰਹੀ ਆ। ਸਿਆਸੀ ਲੀਡਰਾਂ ਦੀ ਆਪਸੀ ਖਿੱਚੋ ਤਾਂ ਮੁੱਢ ਤੋਂ ਹੀ ਚੱਲਦੀ ਆ ਰਹੀ ਹੈ। ਸਿਆਸੀ ਲੀਡਰ ਇੱਕ ਦੂਸਰੇ ਤੇ ਉਂਗਲ ਨਾ ਚੁੱਕਣ, ਇਹ ਤਾਂ ਹੋ ਹੀ ਨਹੀਂ ਸਕਦਾ। ਅਜਿਹਾ ਕੁਝ ਚੱਲ ਰਿਹਾ ਸੰਗਰੂਰ ਤੋਂ ਸਾਂਸਰ ਭਗਵੰਤ ਮਾਨ ਅਤੇ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਚ। ਦਰਅਸਲ ਦਲਵੀਰ ਗੋਲਡੀ ਦੀ ਪਤਨੀ ਨੇ ਵਿਕਾਸ ਕਾਰਜਾਂ ਦੇ ਲਈ ਕਈ ਪਿੰਡਾਂ 'ਚ 50-50 ਹਜ਼ਾਰ ਦੇ ਚੈੱਕ ਵੰਡ ਦਿੱਤੇ, ਜਿਸ ਤੇ ਮਾਨ ਨੇ ਤੰਜ ਕਸਦਿਆਂ ਕਿਹਾ ਕਿ ਉਹ ਕਿਸ ਹੱਕ ਨਾਲ ਚੈੱਕ ਵੰਡ ਸਕਦੀ ਹੈ ਜਦੋਂ ਉਸ ਕੋਲ ਅਹੁਦਾ ਨਹੀਂ। ਸਿਮਰਤ ਖੰਗੂੜਾ ਨੇ ਚੈੱਕ ਵੰਡੇ, ਤੁਸੀਂ ਦੇਖ ਸਕਦੇ ਹੋ। ਸਿਮਰਤ ਖੰਗੂੜਾ MLA ਜੋ ਕਾਂਗਰਸ ਦੇ ਨੇ ਧੂਰੀ ਤੋਂ, ਗੋਲਡੀ ਖੰਗੂੜਾ ਉਹਨਾਂ ਦੀ ਧਰਮ ਪਤਨੀ ਹੈ। 50-50 ਹਜ਼ਾਰ ਰੁਪਏ ਦੇ ਕਈ ਪਿੰਡਾਂ ਨੂੰ, ਜਿਹਦੇ ਵਿੱਚ ਪਿੰਡ ਬਮਾਲ, ਜਾਤੀ ਮਾਜਰਾ, ਮਾਨਾ ਵਾਲਾ, ਅਤੇ ਇਹਨਾਂ ਨੂੰ ਪੰਚਾਇਤਾਂ ਨੂੰ ਦਰਵਾਜ਼ੇ ਬਣਾਉਣ ਵਾਸਤੇ ਜਾਂ ਜਿੰਮ ਵਾਸਤੇ ਚੈੱਕ ਵੰਡੇ ਨੇ 50-50 ਹਜ਼ਾਰ ਦੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਤਾਂ ਇਹ ਉਹਨਾਂ ਨੇ ਆਪਣੇ ਪੱਲਿਓਂ ਆਪਣੇ ਪੈਸੇ ਜਿਹੜੇ ਨੇ ਉਹ ਵਿਕਾਸ ਲਈ ਵੰਡੇ ਨੇ ਪਿੰਡਾਂ ਦੇ, ਤਾਂ ਉਹ ਵੰਡ ਸਕਦੇ ਨੇ। ਜੇ ਇਹ ਪੈਸਾ ਗੌਰਮੈਂਟ ਦਾ ਵੱਖ ਵੱਖ ਸਕੀਮਾਂ ਅਧੀਨ ਜਿਹੜਾ ਵਿਕਾਸ ਕਾਰਜਾਂ ਲਈ ਆਉਂਦਾ, ਤਾਂ ਫਿਰ ਸਿਮਰਤ ਖੰਗੂੜਾ ਕੌਣ ਹੈ ਉਹ ਚੈੱਕ ਵੰਡਣ ਵਾਲੀ? ਸਿਰਫ MLA ਦੀ ਪਤਨੀ ਹੈ, ਉਹਦੇ ਕੋਲ ਕਿਹੜਾ ਸੰਵਿਧਾਨਕ ਅਹੁਦਾ ਹੈ, ਕਿਹੜਾ ਸੰਵਿਧਾਨ ਦੀ ਜਿਹੜੀ ਕਿਹੜੀ ਮੱਦ ਹੈ ਜਿਹੜੀ ਉਹਨੂੰ ਅਲਾਓ ਕਰਦੀ ਹੈ, ਉਹਨੂੰ ਆਗਿਆ ਦਿੰਦੀ ਹੈ ਕਿ ਤੂੰ ਚੈੱਕ ਵੰਡ ਸਕਦੀ ਹੈ, ਜੋ ਕਿ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਨੇ। MLA ਆਪ ਵੰਡੇ, ਨੋ ਪ੍ਰੋਬਲਮ, ਉਹ MLA ਹੈ, ਜਿੱਤਿਆ ਹੋਇਆ ਪ੍ਰਤੀਨਿਧੀ ਹੈ, ਪਰ ਉਹਦੀ ਘਰਵਾਲੀ ਜਿਹੜੀ ਹੈ ਉਹ ਚੈੱਕ ਵੰਡ ਰਹੀ ਹੈ। ਤਾਂ ਇਹ ਮਾਮਲਾ ਜਿਹੜਾ ਮੈਂ ADC ਡੀਨ ਕੋਲ ਧਿਆਨ 'ਚ ਲਿਆਂਦਾ, ਮੈਂ ਅੱਜ ਸੈਕਟਰੀ ਫਾਈਨਾਂਸ ਪੰਜਾਬ ਅਤੇ ਪ੍ਰਿੰਸੀਪਲ ਸੈਕਟਰੀ ਟੂ CM ਉਹਨਾਂ ਦੇ ਧਿਆਨ 'ਚ ਵੀ ਲਿਆਉਣਾ ਮੈਂ ਇਹ। ਬਿਲਕੁਲ, ਉਸੇ ਤਰ੍ਹਾਂ ਜਿਸ ਤਰ੍ਹਾਂ ਸਨੀ ਦਿਓਲ ਨੇ ਇੱਕ ਬੰਦਾ ਰੱਖ ਲਿਆ ਸੀ ਉੱਥੇ ਕਿ ਇਹ ਦੇਖ ਲਿਆ ਕਰੂਗਾ, ਤਾਂ ਫਿਰ ਇਹਦਾ ਮਤਲਬ MLA ਧੂਰੀ ਨੇ ਵੀ ਆਪਣੀ ਘਰਵਾਲੀ ਨੂੰ ਇਹ ਹਲਕਾ ਦਿੱਤਾ ਕਿ ਤੂੰ ਇੱਥੇ ਚੈੱਕ ਚੁੱਕ ਵੰਡ ਲਿਆ ਕਰ, ਤੂੰ ਹੀ ਭਾਸ਼ਣ ਦਿਆ ਕਰ। ਤੂੰ ਕੋਈ ਸੰਵਿਧਾਨਕ ਅਹੁਦਾ ਨਾ ਹੋਣ ਦੇ ਬਾਵਜੂਦ ਵੀ ਉਹ ਚੈੱਕ ਵੰਡ ਰਹੀ ਹੈ। ਇਸ ਮਾਮਲੇ 'ਤੇ ਮੈਂ ਸਖਤ ਕਾਰਵਾਈ ਦੀ ਮੰਗ ਕਰੂੰਗਾ। ਅੱਜ ਮੈਂ ਪ੍ਰਿੰਸੀਪਲ ਸੈਕਟਰੀ ਟੂ CM ਅਤੇ ਫਾਈਨੈਂਸ਼ੀਅਲ ਸੈਕਟਰੀ ਜਿਹੜਾ ਪੰਜਾਬ ਦਾ ਉਹਨਾਂ ਨੂੰ ਚਿੱਠੀ ਲਿਖ ਰਿਹਾ, ਅਤੇ ADC ਨੂੰ ਦੇ ਧਿਆਨ 'ਚ ਮੈਂ ਇਹ ਗੱਲ ਲਿਆਤੀ ਹੈ, ਅਤੇ ਉਹ ਕਹਿੰਦੇ ਅਸੀਂ ਜਾਂਚ ਕਰ ਰਹੇ ਹਾਂ ਇਸ ਗੱਲ ਦੀ, ਅਤੇ ਅੱਗੇ ਤੋਂ ਇਹ ਕਾਰਵਾਈ ਨਾ ਹੋਵੇ ਇਸ ਮਾਮਲੇ 'ਚ ਮੈਂ ਪ੍ਰਸ਼ਾਸਨ ਤੋਂ ਇੱਕ ਭਰੋਸਾ ਚਾਹੁੰਦਾ। ਉੱਥੇ ਇਸ ਬਿਆਨ 'ਤੇ ਦਲਵੀਰ ਗੋਲਡੀ ਨੇ ਜਵਾਬ ਦਿੰਦਿਆਂ ਭਗਵੰਤ ਮਾਨ 'ਤੇ ਤੰਜ ਕਸਦਿਆਂ ਕਿਹਾ ਕਿ ਉਹਨਾਂ ਦਾ ਤਾਂ ਆਪਣੀ ਪਤਨੀ ਨਾਲ ਤਲਾਕ ਹੋ ਰੱਖਿਆ, ਪਰ ਮੈਂ ਆਪਣੀ ਪਤਨੀ ਦੀ ਇੱਜ਼ਤ ਕਰਦਾ। ਬਿਲਕੁਲ, ਮੈਨੂੰ ਇਹ ਲੱਗਦਾ ਭਗਵੰਤ ਮਾਨ ਜੀ ਦੀ ਇਹ ਗੱਲ ਤੋਂ ਕਿ ਸ਼ਾਇਦ ਉਹਨਾਂ ਨੂੰ ਵਿਕਾਸ ਪਸੰਦ ਨਹੀਂ ਹੈਗਾ। ਇਹ ਜਿਹੜੇ ਮੈਂ ਤੁਹਾਨੂੰ ਡਿਟੇਲ ਥੋੜ੍ਹੀ ਦੱਸਣੀ ਚਾਹੁੰਦਾ, ਇਹ ਕੁਛ ਟਾਈਮ ਪਹਿਲਾਂ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਜੀ ਨੇ ਸਾਨੂੰ ਪੈਸੇ ਦਿੱਤੇ ਸੀ ਕਿ ਤੁਸੀਂ ਪਿੰਡਾਂ ਦੇ ਵਿਕਾਸ ਲਈ ਇਹ ਪੈਸੇ ਖਰਚੋ, ਅਤੇ ਉਹ ਅਸੀਂ ਤਕਰੀਬਨ ਸਾਰੇ ਪਿੰਡਾਂ 'ਚ ਚੈੱਕ ਵੰਡ ਚੁੱਕੇ ਸੀ, ਪਰ ਉਹਨਾਂ ਦੇ ਵਿੱਚੋਂ ਕੁਛ ਦਾ ਮੰਤਵ ਚੇਂਜ ਹੋਣਾ ਸੀਗਾ, ਅਤੇ ਮੰਤਵ ਚੇਂਜ ਹੋਣ ਕਾਰਨ ਉਹ ਜਿਹੜੇ ਕੁਛ ਪਿੰਡਾਂ ਦੇ ਚੈੱਕ ਜਿਹੜੇ ਲੱਖ ਲੱਖ 50-50 ਹਜ਼ਾਰ ਰੁਪਏ ਦੇ ਰਹਿੰਦੇ ਸੀ, ਤਾਂ ਮੈਂ ਕੁਛ ਦਿਨ ਬਾਹਰ ਗਿਆ ਹੋਇਆ ਸੀਗਾ ਕਿਉਂਕਿ ਮੇਰੇ ਸਿਸਟਰ ਅਤੇ ਮੇਰਾ ਛੋਟਾ ਬ੍ਰਦਰ US ਰਹਿੰਦੇ ਨੇ ਰੱਖੜੀਆਂ ਕਰਕੇ ਮੈਂ ਬਾਹਰ ਸੀਗਾ, ਤਾਂ ਮੈਂ ਸੋਚਿਆ ਕਿ ਇਹ ਜਿਹੜਾ ਕੰਮ ਰੁਕਣਾ ਨਹੀਂ ਚਾਹੀਦਾ, ਕਿਉਂਕਿ ਆਪਾਂ ਮੇਨ ਸਾਰੇ ਡਿਵੈਲਪਮੈਂਟ ਦੇ ਕੰਮ ਲਈ ਇੱਥੇ ਫਿਰਦੇ ਹਾਂ, ਅਤੇ ਮੇਰੀ ਫੈਮਿਲੀ ਪੂਰੀ ਕਮਿਟਡ ਆ ਕੰਮ ਕਰਨ ਨੂੰ, ਚਾਹੇ ਮੇਰੀ ਮਿਸਿਜ ਦੀ ਗੱਲ ਕਰੀਏ, ਚਾਹੇ ਮੇਰੇ ਪਿਤਾ ਜੀ ਦੀ ਗੱਲ ਕਰੀਏ, ਮੇਰੇ ਚਾਚਾ ਜੀ, ਯਾਨੀ ਕਿ ਸਾਰੀ ਫੈਮਿਲੀ ਸਾਡੀ ਕਮਿਟਡ ਆ ਕੰਮ ਕਰਨ ਲਈ, ਅਤੇ ਅਸੀਂ ਸੋਚਿਆ ਕਿ ਇਹ ਕੰਮ ਰੁਕਣੇ ਨਹੀਂ ਚਾਹੀਦੇ। ਅਤੇ ਮੈਨੂੰ ਇਹ ਲੱਗਦਾ ਕਿ ਜੇ ਜਾਂ ਤਾਂ ਇਹ ਹੋਵੇ ਕਿ ਅਸੀਂ ਉਹਨਾਂ ਦੀ ਕਿਸੇ ਪੰਚਾਇਤ ਨੂੰ ਧੱਕੇ ਨਾਲ ਕੋਈ ਪੈਸਾ ਦਿੱਤਾ ਹੋਵੇ, ਉੱਥੇ ਆਮ ਆਦਮੀ ਦੀ ਪੰਚਾਇਤ ਹੋਵੇ ਅਤੇ ਅਸੀਂ ਉਹਨੂੰ ਫੋਰਸਫੁਲੀ ਕੋਈ ਕੰਮ ਕਰ, ਇੱਥੇ 74 ਦੀਆਂ 74 ਪੰਚਾਇਤਾਂ ਸਾਡੀ ਪਾਰਟੀ ਨਾਲ ਜਿੱਤੀਆਂ ਹੋਈਆਂ ਨੇ, ਬਿਲੋਂਗ ਇੱਥੇ ਸਾਰੇ ਕਾਂਗਰਸ ਪਾਰਟੀ ਨਾਲ ਕਰਦੇ ਨੇ, ਅਤੇ ਉਹਨਾਂ ਨੂੰ ਅਤੇ ਵਿਧ ਜਿਹੜੀ ਇਹ ਸਾਰਾ ਅਫਸਰ ਸਾਹਿਬਾਨਾਂ ਦੇ ਮਾਧਿਅਮ ਰਾਹੀਂ ਜਿਹੜੇ ਇਹ ਚੈੱਕ ਦਿੱਤੇ ਗਏ ਨੇ। ਅਤੇ ਨੰਬਰ 2 ਮੈਂ ਇੱਕ ਗੱਲ ਕਰਨੀ ਚਾਹੁੰਦਾ, ਦੇਖੋ ਮੈਂ ਆਪਦੀ ਪਤਨੀ ਦਾ ਸਨਮਾਨ ਕਰ ਰਿਹਾ,
ਮੇਰੀ ਜਗ੍ਹਾ 'ਤੇ ਉਹ ਜਾ ਸਕਦੀ ਆ, ਜੇ ਉਹ ਮੇਰੇ ਲਈ ਵੋਟਾਂ ਮੰਗ ਸਕਦੀ ਆ, ਰੈਲੀਆਂ ਕਰ ਸਕਦੀ ਆ, ਤਾਂ ਮੈਂ ਸਮਝਦਾ ਕਿ ਜਿੱਥੇ ਲੋਕਾਂ ਨੂੰ ਜ਼ਰੂਰਤ ਆ, ਜਿੱਥੇ ਦੁੱਖ ਸੁੱਖ ਹੁੰਦੇ ਨੇ, ਉੱਥੇ ਪਰਿਵਾਰ ਨੂੰ ਜਾਣਾ ਬਣਦਾ ਵੀ ਆ, ਕਿਉਂਕਿ ਮੈਂ ਕੋਈ ਇਹੋ ਜਿਹਾ ਨਹੀਂ ਕਿ ਮੈਂ ਇੱਕ, ਕਿਉਂਕਿ ਮੇਰਾ ਧੂਰੀ ਪਰਿਵਾਰ ਆ, ਮੇਰੀ ਫੈਮਿਲੀ ਆ, ਕਿਸੇ ਦਾ ਮੈਂ ਬੇਟਾ, ਕਿਸੇ ਦਾ ਮੈਂ ਭਰਾ, ਅਤੇ ਇਸ ਤਰੀਕੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ। ਅਤੇ ਦੂਸਰੀ ਗੱਲ, ਮੈਂ ਭਗਵੰਤ ਮਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਤਾਂ ਆਪਦੀ ਪਤਨੀ ਨੂੰ ਡਿਵੋਰਸ ਦੇ ਚੁੱਕੇ ਹੋ, ਤੁਹਾਡੇ ਤਾਂ ਕੋਈ ਫੈਮਿਲੀ 'ਚ ਦੂਸਰਾ ਬੰਦਾ ਕੰਮ ਕਰਨਾ ਨਹੀਂ ਚਾਹੁੰਦਾ। ਅਤੇ ਇੱਕ ਕੁਸ਼ਚਨ ਮੇਰਾ ਉਹਨਾਂ ਨੂੰ ਹੋਰ ਵੀ ਆ, ਧੂਰੀ ਦੇ ਵਿੱਚ ਇੱਕ ਬਹੁਤ ਛੋਟੀ ਬੱਚੀ ਨਾਲ ਬਹੁਤ ਮੰਦਭਾਗੀ ਘਟਨਾ ਹੋਈ, ਭਗਵੰਤ ਮਾਨ ਜੀ ਤੁਸੀਂ ਉਦੋਂ ਕਿੱਥੇ ਸੀ? 2014 ਤੋਂ ਮੈਂ ਅੱਜ ਤੱਕ, ਟਿਲ ਡੇਟ, ਅੱਜ ਤੱਕ ਟੋਲ ਪਲਾਜ਼ੇ ਲਈ ਲੜ ਰਿਹਾ, ਆਪਦੇ ਖਰਚੇ 'ਤੇ ਉਹ ਸੜਕ ਬਣਾਈ ਆ, ਤੁਹਾਡੇ ਲੋਕ ਸਭਾ ਦੇ ਵਿੱਚੋਂ ਸੜਕ ਪੈਂਦੀ ਆ, ਅੱਜ ਤੱਕ ਤੁਸੀਂ ਉਸ ਟੋਲ ਪਲਾਜ਼ੇ ਲਈ ਹਾਅ ਦਾ ਨਾਰਾ ਮਾਰਿਆ? ਉਸ ਤੋਂ ਬਾਅਦ ਮੈਂ ਗੱਲ ਕਰਾਂਗਾ ਸੁਨਾਮ, ਜਿਹੜਾ ਬੱਚਾ ਬੋਰਵੈਲ 'ਚ ਗਿਰ ਗਿਆ, ਕੀ ਭਗਵੰਤ ਮਾਨ ਜੀ ਤੁਸੀਂ ਉੱਥੇ ਪਹੁੰਚੇ? ਉਸ ਤੋਂ ਬਾਅਦ ਮੈਂ ਗੱਲ ਕਰੂੰਗਾ ਲਹਿਰੇ ਦੀ, ਜਿੱਥੇ ਹੜ੍ਹਾਂ ਨਾਲ ਸਾਰਾ ਤਹਿਸ਼ ਨਹਿਸ਼ ਹੋ ਗਿਆ ਸੀ ਏਰੀਆ, ਕੀ ਭਗਵੰਤ ਮਾਨ ਜੀ ਤੁਸੀਂ ਉੱਥੇ ਪਹੁੰਚੇ? ਹੁਣ ਜਿਹੜੇ ਤੁਹਾਡੇ ਝਾੜੂ ਦੇ ਤੀਲੇ ਤੀਲੇ ਹੋ ਚੁੱਕੇ ਨੇ, ਤੁਸੀਂ ਆਪਦੀ ਮੈਂ ਕਰਕੇ ਆਪਦੀ ਪਾਰਟੀ ਖਰਾਬ ਕਰੀ ਆ, ਅਤੇ ਆਪ ਬਿਆਨ 'ਚੋਂ ਵੀ ਤੁਹਾਡੀ ਮੈਂ ਝਲਕ ਰਹੀ ਆ, ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਵਿਕਾਸ ਤੁਹਾਨੂੰ ਪਸੰਦ ਨਹੀਂ ਹੈਗਾ, ਇਸ ਕਰਕੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ। ਤੁਸੀਂ ਆਪਣੇ 'ਤੇ ਧਿਆਨ ਦਿਵੋ, ਸਾਨੂੰ ਸਾਡੇ 'ਤੇ ਧਿਆਨ ਦੇਣਾ ਚਾਹੀਦਾ, ਅਤੇ ਅੱਜ ਕੱਲ੍ਹ ਜਿਹੜਾ ਸਮਾਂ ਹੁਣ ਲੋਕ ਅਵੇਅਰ 'ਚ ਹੋ ਚੁੱਕੇ ਨੇ, ਜਿਹੜਾ ਕੰਮ ਕਰੂਗਾ ਉਹਨੂੰ ਵੋਟਾਂ ਮਿਲਣਗੀਆਂ, ਜਿਹੜਾ ਕੰਮ ਨਹੀਂ ਕਰੂਗਾ ਉਹਨੂੰ ਵੋਟਾਂ ਨਹੀਂ ਮਿਲਦੀਆਂ। ਅਤੇ ਮੇਰਾ ਅੱਜ ਨਹੀਂ, ਮੇਰਾ ਅੱਜ ਤੋਂ 10 ਸਾਲ ਪਹਿਲਾਂ ਤੋਂ ਵੀ ਅਤੇ ਅੱਜ ਤੋਂ 10 ਸਾਲ ਬਾਅਦ ਵੀ, ਮੇਰਾ ਪਰਿਵਾਰ ਇਸੇ ਤਰ੍ਹਾਂ, ਅਸੀਂ ਲੋਕਾਂ ਦੀ ਸੇਵਾ 'ਚ ਪਹਿਲਾਂ ਵੀ ਲੱਗੇ ਹੋਏ ਸੀ, ਅੱਜ ਵੀ ਲੱਗੇ ਹੋਏ ਹਾਂ, ਅਤੇ ਹਮੇਸ਼ਾ ਅਸੀਂ ਜਿਹੜਾ ਲੋਕਾਂ ਨੇ ਮੈਨੂੰ ਜਿਹੜੀ ਕੁਰਸੀ 'ਤੇ ਬਿਠਾਇਆ, ਇਹ ਦੇਣ ਮੈਂ ਕਦੇ ਸਾਰੀ ਉਮਰ ਅਸੀਂ ਉਤਾਰ ਨਹੀਂ ਸਕਦੇ, ਮੈਂ ਅਤੇ ਮੇਰਾ ਪਰਿਵਾਰ। ਧੰਨਵਾਦ। ਮਾਨ ਅਤੇ ਦਲਵੀਰ ਗੋਲਡ ਵਿਚਕਾਰ ਚੱਲ ਰਹੀ ਹੈ ਖਿੱਚੋਤਾਣ ਕਦੋਂ ਤੱਕ ਚੱਲਦੀ ਰਹੇਗੀ, ਇਹ ਤਾਂ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।